ਸਾਡਾ ਵੀਰ
ਤੇਜਿੰਦਰ ਜੀ ਦੀ ਬਦੌਲਤ ਮੇਲੇ ਲੱਗੇ ਨੇ, ਜਿਹਦੀ ਬਦੌਲਤ ਅਸੀਂ ਤੁਹਾਡੇ ਚਰਨਾਂ 'ਚ ਇਕੱਤਰ ਹੋਏ ਹਾਂ। ਹਾਂਜੀ, ਕਿਆ ਬਾਤ ਹੈ, ਕਿਆ ਬਾਤ ਹੈ ਗੁਰਕਰਨਪ੍ਰੀਤ, ਜਿਉਂਦਾ ਰਹਿ ਮੇਰਾ ਵੀਰ। ਇੱਕ ਵਾਰੀ ਤਾੜੀ ਲਾਓ ਜਿਹਨਾਂ ਜੋੜੀ ਪਸੰਦ ਹੈ। ਕੀ ਗੱਲ, ਤਾੜੀ ਲਾ ਚੁੱਕ ਕੱਢਦੇ ਮਿਲ ਕੇ ਸਾਰੇ ਢਿੱਲੇ ਬਣ, ਕਿਆ ਬਾਤ ਹੈ। ਹੁਣ ਇੱਕ ਵਾਰੀ ਉਹ ਤਾੜੀ ਲਾਓ ਜਿਹਨਾਂ ਨੂੰ ਆਪੋ ਆਪਣੀ ਜੋੜੀ ਪਸੰਦ ਹੈ। ਉਹ ਸਹੇਲੀ ਵਾਲੇ ਕਿਸੇ ਨੇ ਨਹੀਂ ਲਾਉਣੀ, ਠੀਕ ਹੈ, ਠੀਕ ਹੈ। ਸੋ ਗੁਰਕਰਨ ਤੇਰੇ ਵਾਸਤੇ ਦੋ ਗਲਬ ਨੇ, ਭੈਣ ਮੇਰੀ ਇਹਨੇ ਤੇਰੇ ਵਾਸਤੇ ਬੜੇ ਪਿਆਰੇ ਦੋ ਤਿੰਨ ਲਫ਼ਜ਼ ਲਿਖਣੇ, ਬੋਲੂੰਗਾ ਮੈਂ, ਲਿਖੇ ਇਹਨਾਂ ਨੇ। ਹਾਂਜੀ ਹਾਂਜੀ, ਸੋ ਲਓ ਜੀ, ਇਹਨਾਂ ਨੂੰ ਭੂਆ ਜੀ ਵਧੀਆ ਲੱਗਦੇ ਨੇ, ਠੀਕ ਹੈ। ਜੇਕਰ ਇੱਥੇ ਮਾਈਕ 'ਚ ਕਹਿਣਾ ਭੂਆ ਜੀ ਵਧੀਆ ਲੱਗਦੇ, ਬਹੁਤ ਸੋਹਣੇ ਲੱਗ ਰਹੇ, ਭੂਆ ਜੀ ਸੋਹਣੇ ਲੱਗ ਰਹੇ। ਹਾਂਜੀ, ਹੋਰ ਕੋਈ? ਲੈ ਵੀ ਫੁੱਫੜਾ ਫੁੱਫੜਾ ਹੋਈ ਪਈ ਹੈ। ਕਿਆ ਬਾਤ ਹੈ, ਤਾੜੀ ਲਾ ਦੇ ਬੱਚਿਆਂ ਦੇ ਨਾਂ ਦੇ ਜਰਾ। ਬੜੀਆਂ ਪਿਆਰੀਆਂ ਧੀਆਂ ਨੇ ਸਾਡੀਆਂ, ਪਰਮਾਤਮਾ ਹਮੇਸ਼ਾ ਇਹੋ ਜਿਹੀਆਂ ਧੀਆਂ ਸਭ ਨੂੰ ਦੇਵੇ। ਚੱਲ ਇਹਦੇ ਤੋਂ ਵੀ ਸੁਣ ਲੈਂਦੇ ਹਾਂ, ਇਹਨੇ ਨੀ ਬੋਲਿਆ, ਉਹ ਕਹਿੰਦੀ ਕਭੂਆ ਤੋਂ ਸੰਗਦੀ, ਠੀਕ ਹੈ। ਸੋ ਲੈ ਵੀ ਉਹ ਵੇੜਿਓ ਇੱਧਰ ਆਓ, ਤੁਹਾਡੀ ਭਰਜਾਈ ਅਤੇ ਤੁਹਾਡੇ ਭੂਆ ਵਾਸਤੇ ਆਹ ਤੁਹਾਡੇ ਫੁੱਫੜ ਨੇ ਕੁਛ ਲਿਖਿਆ, ਠੀਕ ਹੈ। ਤੁਹਾਡਾ ਵੀਰ ਵੀ ਲੱਗਦਾ ਅਤੇ ਫੁੱਫੜ ਵੀ ਲੱਗਦਾ, ਠੀਕ ਹੈ, ਇੱਦਾਂ ਹੀ ਆ। ਹਾਂ ਅੱਛਾ, ਉਹ ਭੂਆ ਲਾਉਂਦੀ, ਉਹ ਫੁੱਫੜ ਲੱਗਦਾ। ਚਲੋ ਇਹਨੂੰ ਕਹਿੰਦੇ ਆ ਪਰਮਾਤਮਾ, ਇਹ ਸੱਚੀ ਪਰਮਾਤਮਾ। ਪਰਮਾਤਮਾ ਆਪ ਜਦੋਂ ਇਹੋ ਜਿਹੀਆਂ ਗੱਲਾਂ ਕਰੇ ਤਾਂ ਫਿਰ ਦੇਖੋ ਕਿਰਪਾ ਸਭ 'ਤੇ। ਲਓ ਜੀ ਭੈਣ ਮੇਰੀਏ, ਇਹਨੇ ਤੇਰੇ ਵਾਸਤੇ ਦੋ ਚਾਰ ਲਫ਼ਜ਼ ਲਿਖੇ, ਬੋਲੂੰਗਾ ਮੈਂ, ਅਤੇ ਆਵਾਜ਼ ਇਹਨਾਂ ਦੇ ਦਿਲ ਦੀ ਆ, ਠੀਕ ਹੈ। ਹਾਂਜੀ, ਭੂਆ ਦੇ ਫੁੱਫੜ ਬਹੁਤ ਸੋਹਣੇ ਲੱਗਦੇ, ਕਮੈਂਟ ਵਾਰ ਵਾਰ ਆ ਰਹੇ, ਠੀਕ ਹੈ। ਸੋ ਲੈ ਵੀ ਭੈਣ ਮੇਰੀ, ਇਹਨੇ ਤੇਰੇ ਵਾਸਤੇ ਦੋ ਚਾਰ ਲਫ਼ਜ਼ ਲਿਖੇ, ਸਮਾਂ ਘੱਟ ਲਾਊਂਗਾ, ਬੋਲੂੰਗਾ ਜਲਦੀ ਜਲਦੀ। ਸੋ ਜੇ ਚੰਗਾ ਲੱਗਿਆ ਫਿਰ ਤਾੜੀ ਲਾ ਦਿਓ। ਨਾਨਕਿਓ ਕਿੱਥੇ ਹੋ, ਦਾਦਕੇ ਕਿੱਥੇ ਨੇ ਹੱਥ ਖੜੇ ਕਰਵਾਉਣੇ? ਕਿਆ ਬਾਤ ਹੈ, ਦਾਦਕੇ ਦੀਆਂ ਫੋਟੋਆਂ ਮੈਨੂੰ ਵੱਧ ਲੱਗਦੀਆਂ, ਕਿਆ ਬਾਤ ਹੈ, ਪ੍ਰਾਹੁਣਿਆਂ ਨੂੰ ਗੱਲਾਂ ਦੀ ਮਾਣ ਦਾਦਕਿਆਂ ਨੂੰ। ਸੋ ਲੈ ਵੀ ਭੈਣੇ ਨੇ ਤੇਰੇ ਵਾਸਤੇ ਲਿਖਿਆ ਬੜਾ ਪਿਆਰਾ, ਸੁਣਾਉਣ ਲੱਗਿਆ ਮੈਂ, ਜੇ ਚੰਗਾ ਲੱਗਿਆ ਫਿਰ ਤਾੜੀ ਜ਼ਰੂਰ ਲਾ ਦੇ। ਸਾਰੀ ਜ਼ਿੰਦਗੀ ਦਾ ਵਰਣਨ ਹੈ। ਕਹਿੰਦੇ ਮੰਨੇ ਹਾਂ ਕਿ ਤੇਰੀ ਯਾਰੀ ਦਾ ਮੁੱਲ ਅਸੀਂ ਉਤਾਰ ਨਹੀਂ ਸਕਦੇ, ਮੰਨੇ ਹਾਂ ਕਿ ਤੇਰੀ ਯਾਰੀ ਦਾ ਮੁੱਲ ਅਸੀਂ ਉਤਾਰ ਨਹੀਂ ਸਕਦੇ, ਤੂੰ ਮੰਗੇ ਜਾਣ ਅਤੇ ਕਰ ਇਨਕਾਰ ਨਹੀਂ ਸਕਦੇ। ਮੰਨਿਆ ਕਿ ਤੇਰੀ ਯਾਰੀ ਦਾ ਮੁੱਲ ਅਸੀਂ ਉਤਾਰ ਨਹੀਂ ਸਕਦੇ, ਤੂੰ ਮੰਗੇ ਜਾਣ ਅਤੇ ਕਰ ਇਨਕਾਰ ਨਹੀਂ ਸਕਦੇ। ਇਹ ਵੀ ਮੰਨਿਆ ਕਿ ਜ਼ਿੰਦਗੀ ਲੈਂਦੇ ਇਮਤਿਹਾਨ ਬੜੇ, ਇਹ ਵੀ ਮੰਨਿਆ ਕਿ ਜ਼ਿੰਦਗੀ ਲੈਂਦੇ ਇਮਤਿਹਾਨ ਬੜੇ, ਪਰ ਜੇ ਤੂੰ ਹੋਵੇਂ ਨਾਲ ਤੇ ਕਦੇ ਹਾਰ ਵੀ ਨਹੀਂ ਸਕਦੇ। ਸੋ ਕੀ ਖਿਆਲ ਹੈ ਤਾੜੀਆਂ ਬਾਰੇ? ਲਓ ਵੀ ਇਹ ਲਫ਼ਜ਼ ਇਹਨਾਂ ਨੇ ਅਸੀਂ ਬੋਲੇ, ਮੈਂ ਵਾਂ ਅਤੇ ਭੈਣੇ। ਹੁਣ ਇਹਦੇ ਕੋਲ 2100 ਰੁਪਇਆ ਲਾਈਏ ਅਤੇ ਜ਼ਿਆਦਾ ਲਈਏ। ਗੁਰਗਰਨਪ੍ਰੀਤ ਹੋਣਾ 5100 ਦੇ ਬਣਦਾ, 2113 ਅਤੇ 2100 ਉਹਨਾਂ ਦਾ ਨਹੀਂ, ਉਹਨਾਂ ਨੇ ਕੱਲ੍ਹ ਦਾ ਤੁਹਾਡਾ ਫੋਟੋ ਕੱਢ ਕੇ ਆਪੇ ਦੱਸਣੇ, ਤੇਰੇ ਬਟੂਏ ਕੱਢਣੇ ਭਰਾਵਾ। ਹੁਣ ਡੈਡੀ ਵਾਲਾ ਬਟੂਆ ਅੱਜ ਤੋਂ ਖਤਮ ਹੋ ਗਿਆ, ਹੁਣ ਤਾਂ ਤੇਰੇ ਬਟੂਏ 'ਚ ਬਣਦੇ। ਲਿਆ ਫਿਰ ਮੇਰਾ ਵੀ ਕਰਦੇ ਕਿਰਪਾ, ਪ੍ਰਾਹੁਣੇ ਆ ਤੇਰਾ ਬਟੂਆ ਕਿਸੇ ਨੇ ਕੱਢ ਤੋਂ ਵੀ ਲਿਆ, ਤੇਰੇ ਤੋਂ ਵੀ ਛੱਕ ਲੈਣਾ ਸੀ ਇੱਧਰ ਡੈਡੀ ਜੀ। ਭੈਣੇ ਇੱਕ ਹੋਰ ਵਾਅਦਾ ਕਰ ਲੱਗਾ ਤੇਰੇ ਨਾਲ, ਬੜੀਆਂ ਫੈਮਲੀਆਂ ਮੈਂ ਦੇਖੀਆਂ ਨੇ, ਰੋਜ਼ ਪ੍ਰੋਗਰਾਮਾਂ ਤੇਰੇ ਘਰ ਤੇਰਾ ਭਰਾ ਟੀ ਵੀ 'ਤੇ ਵੀ ਆਉਣਾ, ਪਰ ਫੈਮਲੀਆਂ ਤਜਰਬਾ ਆਪੋ ਆਪਣਾ, ਮੇਰੀ ਜ਼ਿੰਦਗੀ ਦਾ ਤਜਰਬਾ, ਮੈਂ ਜਿਹੜੀ ਫੈਮਲੀ ਤੈਨੂੰ ਮਿਲ ਗਈ ਹੈ ਨਾ, ਹਰ ਕੁੜੀ ਨੂੰ ਹਰ ਧੀ ਨੂੰ ਫੈਮਲੀ ਇਹੋ ਜਿਹੀ ਮਿਲੀ, ਕੁਛ ਦਿਨ ਫੈਮਲੀ ਮਿਲੇ, ਪੇਕੇ ਜਾਇਆ ਕਰੀ ਦੁੱਖ ਸੁੱਖ ਕਰਨ, ਪਰ ਇਹਨਾਂ ਨੂੰ ਕਦੇ ਭੁੱਲਣੇ ਆ, ਤੂੰ ਜਾਣ ਦਾ ਮੌਕਾ ਹੀ ਨਹੀਂ ਦੇਣਾ। ਵੇਖੀ ਇਹਨਾਂ ਧੀ ਵਿਆਹ ਕੇ ਲਿਆਉਂਦੀ ਹੈ ਅਤੇ ਨੌਂ ਨੂੰ ਕਹਿੰਦੇ ਤੈਨੂੰ ਕਿਹਾ ਕਰਨਾ ਧੀ ਸਾਰਿਆਂ ਦੀ ਤੂੰ, ਠੀਕ ਹੈ, ਇੱਦਾਂ ਹੀ ਆ ਤਜਿੰਦਰ। ਮੇਰਾ ਵੀਰ ਅੱਛਾ ਜੀ, ਸੋ ਗੁਰਕਰਨਪ੍ਰੀਤ ਕਰਦੇ ਕਿਰਪਾ ਯਾਰ ਮੇਰਾ ਵੀਰ। ਉਹ ਪ੍ਰਾਹੁਣਿਆ ਮੋਢਾ ਮਾਰ, ਤੂੰ ਵੀ ਕਿਸੇ ਨੂੰ ਕਿੰਨੂੰ ਬਰਥ ਬਣਾਇਆ, ਕਿਆ ਬਾਤ ਹੈ, ਕਿਆ ਬਾਤ ਹੈ। ਉਹ ਨਾਨਕੇ ਕਿੱਥੇ ਨੇ? ਉਹ ਤੁਹਾਡੇ ਕੋਲ ਪੈਸੇ ਮੰਗਦਾ, ਮੈਂ ਹੱਥ ਖੜੇ ਕਰੂੰ ਨੀ ਹੁਣ ਕਿਆ। ਸੋ ਆ ਜਾਓ ਜੀ, ਲਾਓ ਜੀ ਗੀਤ ਫਟਾਫਟ, ਨਾਨਕਿਆਂ ਦਾਦਕਿਆਂ ਵਾਲੇ ਗੀਤ ਲਾਓ, ਕਿਉਂਕਿ ਇਹਦਾ ਹਾਸਾ ਮਜ਼ਾਕ ਚੱਲਦਾ ਥੋੜ੍ਹਾ ਜਿਹਾ ਹੋ ਗਿਆ। ਚਲੋ ਕੋਈ ਨੀ, ਆ ਜਾਓ ਫਿਰ ਖਿੱਚ ਕੇ ਜਰਾ ਤਿਆਰੀ ਫਿਰੋ। ਉਡਾਰੀਆਂ
एक मिनट थोड़ा तुसी डांस फ्लोर खाली करो मेरे वीर सारिया भैन मेरी थोड़ा साइड तो थोड़ा खोल के मैं कल दो मिनट मच लिया तो फिर तुम सारे जने चुके ठीक है हाँ जी दब देंगे नहीं मेरा वीर ਸਾਰੀ ਮੇਰੀ ਨਾਲ ਕੇ ਸਾਰੀ ਮੇਰੀ ਨਾਲ ਕੇ ਜਰਾ ਉਹ ਬੀਜੀ ਨਾਲ ਰੱਖੋ ਕਹਿੰਦੀ ਕੱਟ ਕਰੋ ਸਾਰੀ ਮੇਰੀ ਨਾਲ ਕੇ ਤੇਰੇ ਨਾਲ ਹੁੰਦੀ ਆ ਮੈਂ ਤਾਂ ਚੱਟੋ ਜੜ ਕੇ ਉਹ ਸ਼ਕਲਾਂ ਥੋੜੀ ਮਾਰੇ ਆ ਤੂੰ ਪੱਠੀਆਂ ਤਾਂ ਮਾਰੀ ਮੁੱਚ ਲਾ ਲੈ ਜੀ ਤੂੰ
ਛੋਟਾ ਕਨੇਡੇ ਵਾਲਾ ਗੁਰ ਕਰਨ ਪ੍ਰੀਤ ਦਾਦਾ ਜੀ ਸਰਦਾਰ ਬਹਾਦਰ ਸਿੰਘ ਜੀ
ਸਤਿਕਾਰ ਪਿਆਰ ਨਾਨਕਾ ਫੈਮਿਲੀ ਤੋਂ ਲੜਕੇ ਦੇ ਮਾਮਾ ਜੀ ਸਰਦਾਰ ਜਸਪਾਲ ਸਿੰਘ ਜੀ ਔਰ ਯਾਰੋਂ ਸਹੀ ਮਾਨ ਸਤਿਕਾਰ ਪਿਆਰ ਸੋ ਥੈਂਕ ਯੂ ਨਾਨਕਾ ਫੈਮਿਲੀ ਥੈਂਕ ਯੂ ਔਰ ਥੈਂਕ ਯੂ ਨਾਨਕੇ ਉਹ ਜੁੜੇ ਨਾ ਬਈ
ਪਾਗੇ ਸਾਡੇ ਵੀਰਾਂ ਵੱਲੋਂ ਖੁਸ਼ੀ ਦਾ ਇਜ਼ਹਾਰ ਸੂਟ ਪੱਟੇ ਵਾਲਾ ਹੋਏ ਹੱਸਦੀ ਤਾਂ ਗੱਲਾਂ
Yeah.
ਪਰਿਵਾਰ ਨੂੰ ਤਾਂ ਹੁਕਮ ਹੋ ਗਿਆ ਸਰਵੇਂਦਰ ਸਿੰਘ ਵੱਲੋਂ ਉਹ ਆ ਕੇ ਡੈਡੀ ਜੀ ਬਾਬੇ ਚੰਦ ਕਹਿੰਦੇ ਸਾਨੂੰ ਸਿੱਖੀ ਸਾਨੂੰ ਬਖਸ਼ੀ ਬਚਾਵੇ ਕਦੋਂ
ਵਸਲਰ ਬਚੂਗੀ ਨਾ ਮਤਲਬ ਆ ਗਈ ਅਸੀਂ ਗੱਡੀ ਕਢਾਉਂਗੇ ਇਹਦੇ ਬਾਰੇ ਬੰਦ ਕਰਦਾ ਨਾ ਹੁਣ ਤੱਕ ਹੋ ਗਈ।
ਅਜਾ ਤਾਂ ਹੀ ਬੈਠ ਹਲੇ ਅਜਾ ਕੌਫੀ ਹੈ ਅਜੇ ਥੋੜ੍ਹੀ ਜਿਹੀ ਪੀ ਕੇ ਆ ਜਾਓ ਜਿੱਤੀ ਪਹਿਲਾਂ ਆਏਗਾ ਪਹਿਲਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੈਂ ਤਾਂ ਉੱਥੇ ਹੀ ਹਾਂ ਬਾਈ ਅਜੇ ਕੱਲ੍ਹ ਨੂੰ ਬਾਪੂ ਜੀ ਉੱਥੇ ਨਾ ਦਿੱਲੀ ਬਜ਼ੁਰਗ ਜਮੀ ਬੁੜਾ ਜਿਹਨੂੰ ਪੁੱਛ ਲੈਣਾ ਟਾਈਮ ਕਿੰਨਾ ਹੋ ਗਿਆ ਤੱਕ ਨਾ ਟਾਈਮ ਵੀ ਲੱਗ ਜਾਂਦਾ ਜੀ ਉਹ ਟਾਈਮ ਦਾ ਲੱਗ ਜਾਂਦਾ ਪਤਾ ਯਾਨੀ ਉਹਨੂੰ ਰਾਤ ਨੂੰ ਸੁਪਨਾ ਕਹਿੰਦੀ ਮੈਂ ਮੁੰਡਾ ਬਣ ਕੇ ਆ ਗਿਆ ਉਹ ਮੇਰੇ ਕੋਲ ਆਇਆ ਕਹਿੰਦਾ ਵੀ ਆਪਾਂ ਨੇ ਉਹਨਾਂ ਦੇ ਘਰ ਫੋਕਸ ਤਾਂ ਨਹੀਂ ਕਰਨਾ ਜੋ ਮੈਂ ਕਿਹਾ ਮਾਮਾ ਦੇ ਤੇਰੇ ਕੰਮ ਦਾ ਹੈਲੋ ਨਹੀਂ ਨਹੀਂ ਕੀ ਕਹਿੰਦੇ ਫੋਨ ਆਇਆ ਉਹਨਾਂ ਦਾ ਸ਼ਕਲ ਸਭ ਤੋਂ ਤੁਪਣੇ ਹੋਏ ਜਾ
ਮੋਤੇ ਬੇਇੱਜ਼ਤੀ ਕਰੀ ਜਾਂਦੇ ਯਾਰ ਤੁਸੀਂ ਲੋਕਾਂ ਨੂੰ ਤੁਸੀਂ ਕਿਸੇ ਦਾ ਸਾਥੀ ਨਹੀਂ ਨਾ ਦੇਖਦੇ ਗੱਲ ਕਿਸੇ ਦੇ ਘਰੇ ਹੋਣਾ ਸੀ
ਨਹੀਂ ਅੰਕਲ ਸਾਡੇ ਵਾਲੇ ਪਾਸੇ ਨਾ ਅਸੀਂ ਪਹਿਲਾਂ ਉਹ ਚੀਜ਼ ਕਹਿ ਦਿੰਦੇ ਵੀ ਇੰਨਾ ਟਾਈਮ ਲੱਗੂਗਾ ਤਾਂ ਅਸੀਂ ਉਨਾ ਹੀ ਲਾਉਂਦੇ ਹਾਂ ਜਿਹੜੀ ਸਾਡੀ ਟੀਮ ਆ ਅਸੀਂ ਚਾਹੇ ਜਦੋਂ ਮਰਜ਼ੀ ਸਾਡੇ ਨਾਲ ਕਦੇ ਵੀ ਡੀਲ ਕਰ ਲਿਓ ਜੇ ਅਸੀਂ ਪਹਿਲਾਂ ਘੰਟਾ ਲੈਣਾ ਸੀ ਉਦੋਂ ਕਹਿੰਦੇ ਵੀ ਸ਼ਗਨ ਪਾਉਣਾ ਸੀ ਠੀਕ ਹੈ ਜੀ ਅਸੀਂ ਨਹੀਂ ਲਾਉਂਦੇ ਉਦੋਂ ਟਾਈਮ ਅਸੀਂ ਬਾਅਦ 'ਚੋਂ ਗਿਆ ਸੀਗਾ ਉਹ ਹੁਣ ਉਹਨਾਂ ਤਾਂ ਲੱਗਣਾ ਹੀ ਆ ਇਹ ਚੀਜ਼ ਹੁੰਦੀ ਆ ਪਰ ਇਹ ਯਾਦਾਂ ਰਹਿ ਜਾਂਦੀਆਂ ਜੀ ਯਾਦਾਂ ਹੀ ਨੇ ਨਹੀਂ ਅਸੀਂ ਸਾਡਾ ਤਾਂ ਕੰਮ ਕੋਈ ਮਤਲਬ ਦਾ ਨਹੀਂ ਕੋਈ ਨਹੀਂ ਦੇਖਦਾ ਨਹੀਂ ਇਹ ਉਦੋਂ ਨਹੀਂ ਦੇਖਦਾ ਜੀ ਜਦੋਂ 10 ਸਾਲਾਂ ਬਾਅਦ ਉਹਨਾਂ ਨੇ ਜਵਾਕਾਂ ਨੇ ਦੇਖਣਾ ਉਦੋਂ ਆ ਜੀ ਮੌਕਾ ਤਾਂ ਉਦੋਂ ਹੁੰਦਾ ਅਸੀਂ ਕਹਿੰਦੇ ਸਵਾ 8 ਵਜੇ ਪਿੰਡ ਵੀ ਆਉਂਦੇ ਅਗਲਾ ਸਵੇਰ ਦਾ ਸਾਨੂੰ 400 ਬੰਦੇ ਨੂੰ ਖਿੱਚੀ ਸਕਦਾ ਹੁਣ 100 ਬੰਦਾ ਅਸੀਂ ਜਾ ਕੇ ਕਦੇ ਘਰੇ ਅਸੀਂ ਮੂਰਖੀ ਹਾਂ ਫੋਟੋ ਮੇਰੀ ਆਉਣੀ ਜ਼ਰੂਰੀ ਹੈ ਰੋਟੀ ਨਾ ਰੋਟੀ ਮਿਲਦੀ ਆ ਨਾ ਉਹਨਾਂ ਨੂੰ ਇਹ ਵੀ ਨੀ ਪਤਾ ਲੱਗਦਾ ਵੀ ਕੌਣ ਆ ਗਿਆ ਕੌਣ ਨਿਕਲ ਗਿਆ ਉਸ ਚੀਜ਼ ਸਾਰੇ ਕੱਲ ਮੈਨੂੰ ਜਾਗੋ ਵਾਲੇ ਦਿਨ ਸੀਗੇ ਵੀ ਚੱਲ ਉਹਨਾਂ ਨੂੰ ਇਹ ਵੀ ਇੱਕ ਇਹ ਵੀ ਸ਼ੋਰਟ ਹੀ ਹੁੰਦੀ ਆ ਨਾ ਵੀ ਘਰ ਦਾ ਬੰਦਾ ਖੜਾ ਫੋਟੋ ਕੱਟੀ ਨੀ ਜਾਣੀ ਸਾਨੂੰ ਦੇਖ ਲਿਆ ਬਾਕੀ ਨਾਨਕੇ ਸਾਡੇ ਰੱਖੇ ਰਾਤ ਨੂੰ ਅਸੀਂ ਸਾਰੇ ਬੰਦੇ 8 ਵਜੇ ਸਾਡੇ ਸਾਰੇ ਬੱਚੇ ਤਿਆਰ ਨਹੀਂ ਵੀ ਠੀਕ ਮਗਰਾਂ ਨੇ ਵੀ ਫੰਕਸ਼ਨ ਕਰਨਾ ਗਿਆਰਾਂ ਸਾਨੂੰ ਟਾਈਮ ਲੱਗ ਜਾਣਾ ਜੇ ਤੁਸੀਂ ਦੇਖ ਲਓ ਘੰਟਾ ਕੁ ਹੋ ਗਿਆ
ਕੈਬ ਨਾ ਕੀਤੀ ਉੱਥੇ ਛੱਡ ਕੇ ਗਈ ਆ ਤੁਸੀਂ ਜਾਓ ਫੜੀ ਕਰ ਬੰਦ ਕਰਨਾ ਦੋ ਮਿੰਟ ਹੁਣੇ ਲਾ ਕੇ ਮੁੰਡਾ ਤਾਂ ਐ ਬੈਠਾ ਜਿਵੇਂ ਸਗਨ ਚੌਥਾ ਹਿੱਸਾ ਦੋ ਫੇਰ ਸਰ ਵੱਲ ਉੱਠੂ ਲਾਲੋ ਹੋਰ
ਘੰਟੇ ਹੋ ਗਏ ਹੁਣ ਮੈਂ ਕਿਹਾ ਡੀਜੇ ਬੰਦ ਕਰ ਲਿਆ ਚਾਹ ਫੜਾ ਲੈਣਾ ਯਾਰ ਜਿੱਤੇ ਫੋਟੋ ਕਰ ਫੋਟੋ ਕਰਕੇ ਸੈਡ ਹੋ ਨਾੜੀ ਕਰੇਗਾ ਹੋ ਗਿਆ ਹਰੀ ਜਾਂ ਚਾਹ ਪੀ ਲੈ ਜਾ ਕਾਪੀ ਕਰਦੇ ਬਾਈ ਦਾ ਦੂਜਾ ਕਾਰਡ ਜਿਹਾ ਸਨਾਉਣ ਵਾਲੇ ਦਾ ਕਾਰਡ ਕਾਪੀ ਕਰਦੇ ਸਨਾਉਣ ਵਾਲੇ ਦਾ ਨੰਬਰ ਲੈ ਕੇ ਲੋੜ ਪੈ ਜਾਂਦੀ ਹੈ ਕਦੇ ਲੈਟ ਪਈ ਰਹਿਣ ਦੀ ਹੁਣ ਬਾਈ ਕੀ ਨਾ ਗੁਰਵੀਰ ਸਿੱਧੂ ਕਹਿ ਦਿਓ ਨਹੀਂ ਫਿਰ ਪੌਣ ਪੈ ਜਾਣੀ ਹੈ ਬਾਅਦ ਚੋਂ ਨਹੀਂ ਫਿਰ 7 ਵਜੇ ਤੋਂ ਹੋਣਾ ਹੁਣ ਹੁਣ ਕਹਿ ਲਓ ਨਹੀਂ ਫਿਰ ਪੌਣ ਪੈ ਜਾਣੀ ਬਾਅਦ ਚ
15 ਮਿੰਟ ਤੋਂ ਹੀ ਖਰਾਬ ਹੋ ਜਾਂਦੇ ਆ। ਨਾਮ ਦੇ ਅਮਰ ਤਨ ਸ਼ੂਟ ਹੋਵੇ।
ਧੰਨਵਾਦ ਕਰਦਾ ਬਾਹਰ ਬੈਠੇ ਜਿੰਨੇ ਵੀ ਸਾਰੇ ਆਉਣਾ ਸਾਰੇ ਵਿਆਹ ਨੂੰ।